ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਅਹਿਮ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਸੀ ਉਹ ਇਹ ਗੱਲ ਹੈ ਕਿ ਕੁਝ ਸਮਾਂ ਬਾਅਦ ਇਹ ਵੀ ਗੱਲ ਆਈ ਸੀ ਅਖਬਾਰਾਂ ਦੇ ਵਿੱਚ ਕਿ ਸ਼ਾਇਦ ਸੰਤ ਜਰਨੈਲ ਸਿੰਘ ਹੁਣਾਂ ਨੂੰ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਫੌਜ ਦੇ ਵੱਲੋਂ ਫੜ ਲਿਆ ਗਿਆ ਤੇ ਬਾਅਦ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਪੋਸਟਮਾਰਟਮ ਇਹ ਡਾਕਟਰ ਕੰਗ ਦੀ ਅਗਵਾਈ ਦੇ ਵਿੱਚ ਡਾਕਟਰ ਦਵਿੰਦਰ ਸ਼ਰਮਾ ਦੇ ਵੱਲੋਂ ਕੀਤਾ ਗਿਆ ਸੀ ਔਰ ਇਹਦੀ ਪੋਸਟਮਾਰਟਮ ਦੀ ਰਿਪੋਰਟ ਦੇ ਮੁਤਾਬਕ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਜਿਹੜੀਆਂ ਗੋਲੀਆਂ ਲੱਗੀਆਂ ਨੇ ਉਹਨਾਂ ਦੀ ਜਿਹੜੀ ਤਫਸੀਲ ਹੈ ਉਹ ਇਸ ਤਰ੍ਹਾਂ ਹੈ ਉਹ ਲਿਖਦੇ ਨੇ ਕਿ ਪੂਰਾ ਜਿਸਮ ਖੂਨ ਨਾਲ ਲਤਪਤ ਹੈ ਇੱਕ ਪਾੜੇਦਾਰ ਜ਼ਖਮ ਜਿਹੜਾ 2 ਤੋਂ 3 ਸੈਂਟੀਮੀਟਰ ਦਾ ਹੈ ਜਿਸ ਦੇ ਮਾਸ ਦੇ ਕੰਡੇ ਅੰਦਰ ਨੂੰ ਤਸੇ ਹੋਏ ਹਨ ਜਿਹੜੇ ਬਾਕੀ ਜ਼ਖਮ ਨੇ ਸਾਰਿਆਂ ਦੀਆਂ ਕਿਸਮਾਂ ਇਹੀ ਨੇ ਜਿਨ੍ਹਾਂ ਨੂੰ ਅਸੀਂ ਇਨਵਰਟਡ ਮਾਰਜਨ ਬਾਉਂਡ ਕਹਿੰਦੇ ਆ ਕਿ ਕੰਡੇ ਜਿਹੜੇ ਨੇ ਉਹ ਅੰਦਰ ਨੂੰ ਮੁੜੇ ਹੋਏ ਨੇ ਉਹਨਾਂ ਦੇ ਬਾਰੇ ਵੀ ਹੈ ਕਿ ਚਾਰ ਸਾਹਮਣੇ ਪਾਸੇ ਸੱਜੇ ਪਾਸੇ ਮੱਥੇ ਉੱਪਰ ਸਿਰ ਵਿੱਚ ਇੱਕ ਸਾਹਮਣੇ ਛਾਤੀ ਦੇ ਵਿੱਚ ਇੱਕ ਖੱਬੇ ਪਾਸੇ ਵੱਲ ਚਾਰ ਪੈਰਾਂ ਦੇ ਸਾਹਮਣੇ ਪਿੰਨੀਆਂ ਤੋਂ ਹੇਠਾਂ ਬਿਲਕੁਲ ਨੇੜੇ ਇੱਕ ਬਾਹ ਦੇ ਸੱਜੇ ਪਾਸੇ ਤੇ ਇੱਕ ਤਿਰਛੇ ਪੱਖ ਤੋਂ ਪਿੱਠ ਦੇ ਵਿੱਚ ਸੋ ਟੋਟਲ ਜਿਹੜੀਆਂ ਉਹਨਾਂ ਦੇ ਸਰੀਰ ਦੇ ਉੱਪਰ ਕੁੱਲ ਗੋਲੀਆਂ ਲੱਗੀਆਂ ਉਨ੍ਹਾਂ ਦੀ ਜਿਹੜੀ ਗਿਣਤੀ ਹੈ ਉਹ 13 ਬਣਦੀ ਹੈ ਬਹੁਤ ਹੀ ਸਤਿਕਾਰਯੋਗ ਗੁਰੂ ਸvaree khalsa ji vaheguru ji ka khalsa vaheguru ji ki fate june 1984 ਚ ਵਾਪਰੇ ਕੱਲੂ ਘਾਰੇ ਦੇ ਨਾਲ ਸੰਬੰਧਿਤ ਤੁਹਾਡੇ ਨਾਲ ਸਾਂਝੇ ਕੀਤੇ ਜਾ ਰਹੇ ਵਿਖਿਆਨਾਂ ਦੀ ਅਗਲੀ ਲੜੀ ਦੇ ਵਿੱਚ ਤੁਹਾਡੇ ਨਾਲ ਬੜੇ ਅਹਿਮ ਤੱਤ ਸਾਂਝੇ ਕਰਨ ਦੇ ਯਤਨ ਕਰਾਂਗਾ ਉਹਨੇ ਸੰਤ ਜਨਰੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੀ ਸ਼ਹਾਦਤ ਦੇ ਬਾਰੇ ਕਿਉਂਕਿ ਇੱਕ ਲੰਬਾ ਸਮਾਂ ਉਹਨਾਂ ਦੀ ਸ਼ਹਾਦਤ ਦੇ ਦਸਤਾਵੇਜ਼ ਜਾਂ ਉਹਨਾਂ ਦੀ ਸ਼ਹਾਦਤ ਦੇ ਬਾਰੇ ਬਹੁਤ ਸਾਰੇ ਤੱਥ ਸਾਹਮਣੇ ਨਾ ਆ ਸਕੇ ਪਰ ਜਿਉਂ-ਜਿਉਂ ਉਸ ਸਮੇਂ ਦੇ ਪ੍ਰਤੱਖ ਦਰਸ਼ੀ ਜਾਂ ਫਿਰ ਉਹਨਾਂ ਦੀ ਪੋਸਟਮਾਰਟਮ ਰਿਪੋਰਟ ਇਆ ਫਿਰ ਜਿਹੜੇ ਜਿਹੜੇ ਖੋਜਕਰਤਾਵਾਂ ਨੇ ਉਹਨਾਂ ਦੇ ਅੰਤਮ ਸੰਸਕਾਰ ਤੇ ਅੰਤਮ ਰਸਮਾਂ ਤੱਕ ਦੇ ਗਵਾਹਾਂ ਦੀਆਂ ਗੱਲਾਂ ਨੂੰ ਕਲਮਬੰਦ ਕੀਤਾ ਤੇ ਉਹਨਾਂ ਤੋਂ ਜਿਹੜੀ ਇਕਸਾਰਤਾ ਪੈਦਾ ਹੁੰਦੀ ਹੈ ਉਸ ਤੋਂ ਕੁਝ ਗੱਲਾਂ ਜਿਹੜੀਆਂ ਨੇ ਬੜੀਆਂ ਸਪਸ਼ਟ ਨੇ ਔਰ ਸੱਚਾਈ ਦੇ ਬਹੁਤ ਨੇੜੇ ਨੇ ਜਿਸ ਤਰ੍ਹਾਂ ਕਿ ਪਿਛਲੇ ਵਿਖਿਆਨ ਦੇ ਵਿੱਚ ਦੱਸਿਆ ਸੀ ਕਿ ਜਨਰਲ ਸ਼ੁਭੇਕ ਸਿੰਘ ਹੋਣਾਂ ਦੀ ਸ਼ਹਾਦਤ ਬੇਸ਼ੱਕ ਅਕਾਲ ਤਖ਼ਤ ਸਾਹਿਬ ਦੇ ਪੂਰੇ ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਕੋਲ ਆ ਕੇ ਹੋਈ ਪਰੰਤੂ ਉਹਨਾਂ ਨੂੰ ਜਿਹੜੀਆਂ ਗੋਲੀਆਂ ਲੱਗੀਆਂ ਸੀ ਉਹ ਬਾਹਰ ਮੋਰਚੇ ਦੇ ਵਿੱਚ ਲੱਗੀਆਂ ਸੀ ਹੁਣ ਫਿਰ ਜਿਹੜੀ ਗੱਲ ਪਿਛਲੇ ਲੈਕਚਰ ਦੇ ਵਿੱਚ ਦੁਹਰਾਇ ਗਈ ਸੀ ਕਿ ਕੁਲਦੀਪ ਬਰਾੜ ਜਦੋਂ ਜਰਨਲ ਚਬੇਕ ਸਿੰਘ ਦੀ ਮੋਰਚਾ ਬੰਦੀ ਦੀ ਸਿਫਤ ਦੀ ਗੱਲ ਕਰਦਾ ਤਾਂ ਉਹ ਸਿਫਤ ਇਸ ਗੱਲ ਤੋਂ ਪ੍ਰਗਟ ਹੋ ਜਾਂਦੀ ਹੈ ਕਿ ਬੇਸ਼ੱਕ 6 ਜੂਨ ਨੂੰ ਤਕਰੀਬਨ ਜਦੋਂ ਦਿਨ ਦਾ ਚੜ੍ਹਾਅ ਹੀ ਹੋ ਚੁੱਕਾ ਸੀ ਉਸ ਵੇਲੇ ਤੋਂ ਹੀ ਭਾਵ ਕਿ 5 ਜੂਨ ਦੀ ਅੱਧੀ ਰਾਤ ਤੋਂ ਲਗਾਤਾਰ ਟੈਂਕਾਂ ਦੇ ਨਾਲ ਅਕਾਲ ਤਖਸਬ ਦੀ ਇਮਾਰਤ ਦੇ ਉੱਪਰ ਸਕੁਐਸ਼ ਹੈੱਡ ਗੋਲੇ ਜਿਹੜੇ ਨੇ ਉਹ ਵਰਸਾਏ ਜਾ ਰਹੇ ਸੀ ਬਹੁਤ ਸਾਰੇ ਜਿਹੜੇ ਫੌਜੀ ਮਾਹਰ ਨੇ ਉਹਨਾਂ ਦੇ ਮੁਤਾਬਕ 70 ਤੋਂ ਵੱਧ ਗੋਲੇ ਜਿਹੜੇ ਉਹ ਇਮਾਰਤ ਨੂੰ ਆ ਕੇ ਲੱਗੇ ਪਰ ਉਹ ਮੋਰਚਾ ਬੰਦੀ ਕਿਵੇਂ ਦੀ ਹੋਵੇਗੀ ਕਿ ਉਹਨਾਂ ਗੋਲਿਆਂ ਦੇ ਲੱਗਣ ਦੇ ਨਾਲ ਅਕਾਲ ਤਖਸਬ ਦੇ ਅੰਦਰ ਸਿੰਘਾਂ ਦੀਆਂ ਸ਼ਹਾਦਤਾਂ ਨਹੀਂ ਹੋਈਆਂ ਬਲਕਿ 6 ਜੂਨ ਨੂੰ ਸਵੇਰੇ ਉਹਨਾਂ ਸਿੰਘਾਂ ਨੇ ਸਮੇਤ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਵਾਲਿਆਂ ਦੇ ਮੈਦਾਨੇ ਜੰਗ ਦੇ ਵਿੱਚ ਸਾਹਮਣੇ ਮੱਥੇ ਜੂਝ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਸੋ ਉਸ ਸਮੇਂ ਦੀ ਜਿਹੜੀ ਸਾਰੀ ਵਾਰਤਾ ਲਾਪ ਹੈ ਉਹ ਹੀ ਭਾਈ ਮੁਖਤਿਆਰ ਸਿੰਘ ਮੁਖੀ ਜਿਹੜੇ ਇਸ ਵੇਲੇ ਅਮਰੀਕਾ ਦੇ ਵਿੱਚ ਰਹਿੰਦੇ ਨੇ ਤੇ ਉਸ ਸਮੇ 6 ਜੂਨ ਨੂੰ ਸਵੇਰੇ ਸੰਤ ਜਨਰਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਉਸ ਕਾਫਲੇ ਦੇ ਵਿੱਚ ਸੀ ਜਿਹੜਾ ਅਕਾਲ ਤਖਤ ਸਾਹਿਬ ਦੇ ਸਾਹਮਣੇ ਫੌਜ ਦੇ ਨਾਲ ਜੂਸਦਾ ਹੋਇਆ ਸ਼ਹੀਦੀ ਦੇ ਵਾਸਤੇ ਅੱਗੇ ਆਇਆ ਜਿਨ੍ਹਾਂ ਦੇ ਵਿੱਚੋਂ ਕੁਝ ਸਿੰਘਾਂ ਦੀਆਂ ਜਾਨਾਂ ਬਚ ਗਈਆਂ ਕੁਝ ਜ਼ਖਮੀ ਹੋਏ ਤੇ ਕੁਝ ਜਿਹੜੇ ਫੌਜ ਨੇ ਗ੍ਰਿਫਤਾਰ ਵੀ ਕੀਤੇ ਸੋ ਭਾਈ ਮੁਖਤਿਆਰ ਸਿੰਘ ਮੁਖੀ ਦੱਸਦੇ ਨੇ ਕਿ ਬੇਸ਼ੱਕ ਬਹੁਤ ਦਿਨ ਭਾਵ ਕੇ 4-5 ਦਿਨ ਤੋਂ ਲਗਾਤਾਰ ਗੋਰਾਬਾਰੀ ਹੋ ਰਹੀ ਸੀ ਕਿਸੇ ਵੀ ਸਿੰਘ ਨੇ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਆਰਾਮ ਕਰਕੇ ਨਹੀਂ ਸੀ ਵਿਖਿਆ ਤੇ ਕਹਿੰਦੇ ਕਿ 5 ਜੂਨ ਦੀ ਅੱਧੀ ਰਾਤ ਨੂੰ ਇੱਕ ਗੋਲਾ ਆ ਕੇ ਅਕਾਲ ਤਖਤ ਸਾਹਿਬ ਦੀ ਇੱਕ ਗੁੰਮਟੀ ਦੇ ਉੱਪਰ ਲੱਗਾ ਜਿਸ ਗੁੰਮਟੀ ਦਾ ਬਹੁਤ ਸਾਰਾ ਹਿੱਸਾ ਜਿਹੜਾ ਸੀ ਅਕਾਲ ਤਖਤ ਸਾਹਿਬ ਦੇ ਪਿਛਵਾੜੇ ਵਾਲੇ ਖੂਹ ਦੇ ਵਿੱਚ ਡਿੱਗਾ ਤੇ ਇੰਜ ਲੱਗਾ ਜਿਵੇਂ ਬਹੁਤ ਵੱਡੀ ਬਿਲਡਿੰਗ ਦਾ ਇੱਕ ਬਹੁਤ ਵੱਡਾ ਜਿਹੜਾ ਹਿੱਸਾ ਉਹ ਨੁਕਸਾਨੀਆਂ ਗਿਆ ਹੋਵੇ ਕਿੰਦੇ 6 ਜੂਨ ਦਾ ਜਿਹੜਾ ਦਿਨ ਚੜ ਚੁੱਕਾ ਸੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿਹੜੇ ਸੀਗੇ ਉਹਨਾਂ ਨੇ ਕੁਝ ਸਿੰਘਾਂ ਦੇ ਨਾਲ مشورہ ਕੀਤਾ ਉਦੋਂ ਤੱਕ ਅੰਦਰ ਇਹ ਖਬਰ ਮਿਲ ਚੁੱਕੀ ਸੀ ਕਿ ਪਹਿਲਾ ਕਰਫਿਊ 6 ਜੂਨ ਨੂੰ ਸਵੇਰੇ 6 ਵਜੇ ਤੱਕ ਹੈ ਤੇ ਉਸ ਤੋਂ ਬਾਅਦ ਕਰਫਿਊ ਜਿਹੜਾ ਸੀ ਉਹ 9 ਵਜੇ ਤੱਕ ਐਲਾਨ ਦਿੱਤਾ ਗਿਆ ਸੀ ਇਹ ਵੀ ਜ਼ਿਕਰਯੋਗ ਹੈ ਕਿ ਬਾਹਰ ਫੌਜ ਬੇਸ਼ੱਕ ਮੁਕਾਬਲਾ ਕਰ ਰਹੀ ਸੀ ਅੰਦਰੋਂ ਸਿੰਘ ਵੀ ਮੁਕਾਬਲਾ ਕਰ ਰਹੇ ਸੀ ਪਰ ਫੌਜ ਨੂੰ ਇਹ ਨਹੀਂ ਸੀ ਪਤਾ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਅੰਦਰ ਚੜ੍ਹਦੀ ਕਲਾ ਦੇ ਵਿੱਚ ਨੇ ਜਾਂ ਉਹ ਇਸ ਮੋਰਚੇ 'ਚ ਨਹੀਂ ਹੈਗੇ ਉਦੋਂ ਤੱਕ ਨਹੀਂ ਸੀ ਪਤਾ ਪਰ ਲਗਾਤਾਰ ਜਿਹੜੀ ਗੋਲਾਬਾਰੀ ਆ ਉਹ ਕੀਤੀ ਜਾ ਰਹੀ ਸੀ ਜਦੋਂ ਇਹ ਪਤਾ ਲੱਗਿਆ ਕਿ ਕਰਫਿਊ 9 ਵਜੇ ਤੱਕ ਹੈ ਕੁਝ ਸਰੋਤਾਂ ਦੇ ਮੁਤਾਬਕ ਭਾਈ ਅਮਰੀਕ ਸਿੰਘ ਹੁਣਾਂ ਨੇ ਰੇਡੀਓ ਤੋਂ ਇਹ ਖਬਰ ਅੰਦਰ ਜਿਹੜਾ ਚੱਲ ਰਿਹਾ ਹੋਵੇਗਾ ਕੋਈ ਜਾਂ ਕੋਈ ਸਾਧਨ ਹੋਵੇਗਾ ਜਿਸ ਤੋਂ ਉਹ ਸੁਣ ਕੇ ਸੰਤਾਂ ਦੇ ਨਾਲ ਸਾਂਝੀ ਕੀਤੀ ਤੇ ਫੇਰ ਸੰਤਾ ਨੇ ਸਾਰੇ ਸਿੰਘਾਂ ਦੇ ਸਨਮੁਖ ਇਹ ਪ੍ਰੋਗਰਾਮ ਬਣਾਇਆ ਕਿ ਜਿਹੜੇ ਸਿੰਘਾਂ ਦੇ ਉੱਪਰ ਕੋਈ ਪੁਲਿਸ ਕੇਸ ਨਹੀਂ ਹੈ ਭਾਵ ਕਿ ਪੁਲਿਸ ਦੇ ਕਾਗਜ਼ਾਂ ਦੇ ਵਿੱਚ ਭਗੌੜੇ ਨਹੀਂ ਹਨ ਜੇਕਰ ਉਹ ਬਚ ਕੇ ਨਿਕਲਣਾ ਚਾਹੁੰਦੇ ਨੇ ਤੇ ਉਹ ਨਿਕਲ ਸਕਦੇ ਨੇ ਜਿਨ੍ਹਾਂ ਦੇ ਵਿੱਚ ਕੁਝ ਨਾਵਾਂ ਦਾ ਜ਼ਿਕਰ ਵੀ ਸਰਦਾਰ ਮੁਖਤਿਆਰ ਸਿੰਘ ਹੁਣਾਂ ਨੇ ਕੀਤਾ ਹੈ ਭਾਈ ਲਾਭ ਸਿੰਘ ਜਿਹੜੇ ਬਾਅਦ ਦੇ ਵਿੱਚ ਖਾਲਸਾਤਨ ਕਮਾਂਡੋ ਫੋਰਸ ਦੇ ਜਨਰਲ ਬਣੇ ਤੇ ਸ਼ਹੀਦ ਹੁੰਦੇ ਨੇ ਬਲਵਿੰਦਰ ਸਿੰਘ ਖੋਜਕੀਪੁਰ ਭਾਈ ਰਣਧੀਰ ਸਿੰਘ ਭਾਈ ਗੁਰਪ੍ਰੀਤ ਸਿੰਘ ਭਾਈ ਗੁਰਜੀਤ ਸਿੰਘ ਭਾਈ ਗੁਰਮਖ ਸਿੰਘ ਭਾਈ ਬਖਤਿਆਰ ਸਿੰਘ ਹੁਣੀ ਆਪ ਵੀ ਕਿ ਬਹੁਤ ਸਾਰੇ ਐਸੇ ਸਿੰਘ ਸੀ ਜਿਹੜੇ 6 ਜੂਨ ਨੂੰ ਹੀ ਨਿਕਲੇ ਇਸ ਦਾ ਭਾਵ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਨਿਕਲਣ ਨੂੰ ਤਰਜੀਹ ਨਹੀਂ ਦਿੱਤੀ ਬਲਕਿ ਸਾਹਮਣੇ ਮੱਥੇ ਜੂਝ ਕੇ ਸ਼ਹਾਦਤ ਪਾਉਣ ਦਾ ਜਿਹੜਾ ਰਾਹ ਸੀ ਉਸ ਨੂੰ ਇਖਤियार ਕੀਤਾ ਸੋ ਉਹਨਾਂ ਦੇ ਮੁਤਾਬਕ 9 ਜੂਨ ਦਾ ਜਿਹੜਾ ਮਾਫ ਕਰਨਾ 6 ਜੂਨ ਨੂੰ ਸਵੇਰੇ 9 ਵਜੇ ਦਾ ਵਕਤ ਤੈਅ ਹੋ ਗਿਆ ਕਿ ਇੰਨੇ ਵਜੇ ਜਿਹੜੇ ਸਾਰੇ ਸਿੰਘ ਉਹ ਅਕਾਲ ਤਖਤ ਤੋਂ ਬਾਹਰ ਨਿਕਲਣਗੇ ਤੇ ਫੌਜ ਦੇ ਨਾਲ ਜੂਝ ਕੇ ਸ਼ਹਾਦਤਾਂ ਪ੍ਰਾਪਤ ਕਰ ਜਾਣਗੇ ਔਰ ਉਸੇ ਤਰ੍ਹਾਂ ਹੀ ਹੋਇਆ ਬਹੁਤ ਸਾਰੇ ਪ੍ਰਤੱਖ ਦਰਸ਼ੀ ਜਿਹੜੇ ਹੋਰ ਵੀ ਬਾਅਦ ਦੇ ਵਿੱਚ ਗਵਾਹ ਸਾਡੇ ਸਾਹਮਣੇ ਆਏ ਨੇ ਉਹਨਾਂ ਨੇ ਆਪਣੀਆਂ ਮੁਲਾਕਾਤਾਂ ਦੇ ਵਿੱਚ ਆਪਣੀਆਂ ਲਿਖਤਾਂ ਦੇ ਵਿੱਚ ਜਾਂ ਵੱਖ-ਵੱਖ ਚੈਨਲਾਂ ਦੇ ਨਾਲ ਕੀਤੀ ਗੱਲਬਾਤ ਦੇ ਵਿੱਚ ਤਕਰੀਬਨ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਤਕਰੀਬਨ 9 ਤੋਂ 9.5 ਜਾਂ 8.5 ਤੋਂ 9 ਦੇ ਵਿੱਚਕਾਰਲਾ ਟਾਈਮ ਹੋਵੇਗਾ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਆਪਣੇ ਸਾਥੀਆਂ ਸਮੇਤ ਅਕਾਲ ਤਖਤ ਸਾਹਿਬ ਤੋਂ ਬਾਹਰ ਆਏ ਅਤੇ ਫੌਜ ਦੇ ਨਾਲ ਜੂਸਦੇ ਹੋਏ ਸ਼ਹੀਦ ਹੋ ਗਏ ਉਹਨਾਂ ਤੋਂ ਪਹਿਲਾਂ ਦੀ ਜਿਹੜੀ ਗੱਲਬਾਤ ਹੈ ਉਸ ਦਾ ਜ਼ਿਕਰ ਭਾਈ ਮੁਖਤਿਆਰ ਸਿੰਘ ਹੁਣੀ ਕਰਦੇ ਨੇ ਕਿ ਅੰਦਰਲੇ ਸਿੰਘਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਵੱਡੇ ਭਰਾ ਸਰਦਾਰ ਜਗੀਰ ਸਿੰਘ ਵੀ ਸਨ ਜਿਨ੍ਹਾਂ ਨੇ ਬਕਾਇਦਾ ਤੌਰ ਤੇ ਉਸੇ ਹੀ ਮੈਦਾਨੇ ਜੰਗ ਦੇ ਵਿੱਚ ਜੂਸਦਿਆਂ ਸ਼ਹਾਦਤ ਪ੍ਰਾਪਤ ਕੀਤੀ ਇਸ ਤੋਂ ਇਲਾਵਾ ਭਾਈ ਨਿਰੰਤਰ ਸਿੰਘ ਦੀ ਗੱਲ ਕਰਦੇ ਨੇ ਭਾਈ ਹਰਚਰਨ ਸਿੰਘ ਮੁਕਤਾ ਦੀ ਉਹ ਕਹਿੰਦੇ ਨੇ ਕਿ ਉਹਨੇ ਤਾਂ ਬੜੀ ਸੁੰਦਰ ਦਸਤਾਰ ਸਜਾਈ ਔਰ ਸਿਰ ਦੇ ਉੱਪਰ ਬਾਲਟੀ ਲੈ ਲਈ ਤੇ ਪੁੱਛਣ ਤੇ ਮਜ਼ਾਕ ਦੇ ਵਿੱਚ ਇਹ ਜਵਾਬ ਦਿੱਤਾ ਕਿ ਗੋਲੀਆਂ ਲੱਗਣ ਤੋਂ ਬਾਅਦ ਕਮ ਸੇ ਕਮ ਮੇਰਾ ਚਿਹਰਾ ਜਿਹੜਾ ਉਹਦੀ شناخت ਤਾਂ ਹੋ ਜਾਵੇ ਮੈਂ ਤਾਂ ਇਸ ਕਰਕੇ ਉੱਪਰ ਪਾਲਟੀ ਤੇ ਹੀ ਹੋਈ ਹੈ ਸੋ ਕਹਿਣ ਤੋਂ ਭਾਵ ਹੈ ਕਿ ਜਿਸ ਤਰ੍ਹਾਂ ਦੀ ਵਾਰਤਾਲਾਪ ਉਹਨਾਂ ਨੇ ਬਤੌਰ ਚਸ਼ਮਦੀਦ ਗਵਾਹ ਦੱਸੀ ਹੈ ਉਸ ਤੋਂ ਇੰਜ ਲੱਗਦਾ ਹੈ ਕਿ ਅੰਦਰਲੇ ਸਿੰਘਾਂ ਦੇ ਵਿੱਚ ਫੌਜ ਦੇ ਪ੍ਰਤੀ ਲੜ ਕੇ ਸ਼ਹੀਦ ਹੋਣ ਦਾ ਚਾਹ ਜ਼ਰੂਰ ਸੀ ਪਰ ਕਿਸੇ ਤਰ੍ਹਾਂ ਦਾ ਕਿਸੇ ਦੇ ਮਨ ਦੇ ਅੰਦਰ ਕੋਈ ਭੈ ਨਹੀਂ ਸੀ ਸੋ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ 6 ਜੂਨ ਨੂੰ ਤਕਰੀਬਨ 9:30 ਦੇ ਕਰੀਬ ਇਹ ਅੰਦਾਜ਼ਨ ਵਕਤ ਹੈ ਵੱਖ-ਵੱਖ ਜਿਹੜੇ ਸਰੋਤ ਨੇ ਉਹਨਾਂ ਦੇ ਮੁਤਾਬਕ ਕਿ ਉਹਨਾਂ ਦੀ ਸ਼ਹਾਦਤ ਜਿਹੜੀ ਆ ਉਹ ਹੋ ਜਾਂਦੀ ਹੈ ਉਸ ਤੋਂ ਬਾਅਦ ਗੁਲਦੀਪ ਬਰਾੜ ਲਿਖਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ 7 ਜੂਨ ਨੂੰ ਸੰਤ ਜਨਰਲ ਸਿੰਘ ਖਾਲਸਾ ਪਿੰਡਰਾਂ ਵਾਲੇ ਤੇ ਭਾਈ ਅਮਰੀਕ ਸਿੰਘ ਤੇ ਜਨਰਲ ਸ਼ਬੀਕ ਸਿੰਘ ਉਹਨਾਂ ਦੀਆਂ ਜਿਹੜੀਆਂ ਮ੍ਰਿਤਕ ਦੇਹਾਂ ਸੀ ਉਹ ਫੌਜ ਨੂੰ ਪ੍ਰਾਪਤ ਹੁੰਦੀਆਂ ਨੇ ਉਸ ਤੋਂ ਬਾਅਦ ਅਗਲੇ ਦਿਨ ਦੀ ਗੱਲ ਕਰੀਏ ਤੇ ਇਹਨਾਂ ਦਾ ਜਿਹੜਾ ਪੋਸਟਮਾਰਟਮ ਹੈ ਸੱਤ ਜਰਨੈਲ ਸਿੰਘ ਖਾਸਾ ਪਿੰਡਰਾ ਵਾਲਿਆਂ ਦਾ ਉਹਦੀ ਰਿਪੋਰਟ ਜਿਹੜੀ ਹੈ ਉਹਦੇ ਤੱਥ ਬੜੇ ਅਹਿਮ ਨੇ ਕਿਉਂਕਿ ਉਸ ਰਿਪੋਰਟ ਦੇ ਵਿੱਚੋਂ ਸਾਨੂੰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆ ਜਾਂਦੀਆਂ ਨੇ ਔਰ ਸਮਝ ਪੈ ਜਾਂਦੀਆਂ ਨੇ ਇਹ ਉਹਨਾਂ ਦਾ ਜਿਹੜਾ ਪੋਸਟਮਾਰਟਮ ਹੈ ਉਹ 7 ਤਰੀਕ ਨੂੰ ਭਾਵ 7 ਜੂਨ 1984 ਨੂੰ 7 ਵਜੇ ਸ਼ਾਮ ਦੇ ਕੀਤਾ ਗਿਆ ਔਰ ਜਿਹੜੀ ਰਿਪੋਰਟ ਹੈ ਉਸ ਦਾ ਨੰਬਰ 44921 ਹੈ ਔਰ ਉਹਦੇ ਉੱਪਰ ਲਿਖਿਆ ਹੈ ਮ੍ਰਿਤਕ ਦਾ ਨਾਮ ਜਰਨੈਲ ਸਿੰਘ ਪਿਤਾ ਦਾ ਨਾਮ ਜੋਗਿੰਦਰ ਸਿੰਘ ਜਾਤੀ ਸਿੱਖ ਪਤਾ ਪਿੰਡ ਰੋਡੇ ਥਾਣਾ ਬਾਗਾਪੁਰਾਣਾ ਜ਼ਿਲ੍ਹਾ ਫਰੀਦਕੋਟ ਪੁਰਸ਼ ਉਮਰ ਕਰੀਬ 38 ਸਾਲ ਦੇ ਲੈ ਕੇ ਆਏ ਜਿਹੜੇ ਪੁਲਿਸ ਅਫੀਸਰ ਨੇ ਉਹਨਾਂ ਦਾ ਨਾਮ ਹੈ ਸਬ ਇੰਸਪੈਕਟਰ ਸੁਦਾਗਰ ਸਿੰਘ ਅਤੇ ਅਸਿਸਟੈਂਟ ਸਬ ਇੰਸਪੈਕਟਰ ਦਰਸ਼ਨ ਸਿੰਘ ਥਾਣਾ ਡਿਵੀਜ਼ਨ A ਅੰਮ੍ਰਿਤਸਰ ਕੇਵਲ ਇਹ ਹੀ ਨਹੀਂ ਇਹ ਕੇਵਲ ਪੋਸਟਮਾਰਟਮ ਰਿਪੋਰਟ ਦੇ ਵਿੱਚ ਨਾਮ ਦਰਜ ਨੇ ਇਹਨਾਂ ਤੋਂ ਇਲਾਵਾ ਪੋਸਟਮਾਰਟਮ ਦੇ ਸਮੇਂ ਬੀ ਡਿਵੀਜ਼ਨ ਥਾਣੇ ਦੇ ਤਿੰਨ ਹਵਾਲदार ਗੁਲਜਾਰ ਸਿੰਘ ਪਿੰਡ ਜੋੜਾ ਤਰਲੋਕ ਸਿੰਘ ਅਤੇ ਅਰਜਨ ਸਿੰਘ ਵੀ ਮੌਜੂਦ ਸਨ ਜਿਹੜੇ ਹਵਾਲदार ਗੁਲਜਾਰ ਸਿੰਘ ਨੇ ਉਹ ਬਤੌਰ ਅਸਿਸਟੈਂਟ ਸਬ-ਇੰਸਪੈਕਟਰ ਬਾਅਦ ਦੇ ਵਿੱਚ ਰਿਟਾਇਰ ਹੋਏ ਸੀ ਤੇ ਉਹਨਾਂ ਨੇ ਸੰਤ ਜਰਨੈਲ ਸਿੰਘ ਦੀ شناخت ਵੀ ਕੀਤੀ ਉਹਦਾ ਕਾਰਨ এবੀਸੀ ਕਿ ਬੇਸ਼ੱਕ ਜਿਹੜੀ ਕਿਸ਼ਨਾਖਤ ਜਿਹੜੀ ਪਹਿਲਾਂ ਵੀ ਕਰਵਾਈ ਜਾ ਚੁੱਕੀ ਸੀ ਸੰਤ ਜਨਰੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਪ੍ਰਵਾਹ ਜਿਹੜੇ ਫੌਜ ਦੇ ਵਿੱਚ ਸਨ ਸਰਦਾਰ ਹਰਜਰਨ ਸਿੰਘ ਰੋਡੇ ਉਹਨਾਂ ਨੂੰ ਲਿਆ ਕੇ ਉਹਨਾਂ ਦੀ ਮਰਤਕ ਦੇ ਦੀ ਸ਼ਨਾਖਤ ਕਰਵਾ ਲਈ ਗਈ ਸੀ ਪਰ ਪੋਸਟਮਾਰਟਮ ਦੇ ਦੌਰਾਨ ਸਰਦਾਰ ਗੁਲਜਾਰ ਸਿੰਘ ਜਿਹੜੇ ਨੇ ਉਹ ਕਹਿੰਦੇ ਨੇ ਕਿ ਮੈਂ ਪੋਸਟਮਾਰਟਮ ਦੇ ਦੌਰਾਨ ਇਸ ਕਰਕੇ ਸੰਤਾ ਨੂੰ ਬਹੁਤ ਜਲਦੀ ਸਿਆਣ ਲਿਆ ਕੇ ਉਹਨਾਂ ਦੀ ਮ੍ਰਿਤਕ ਦੇ ਹੈ ਕਿਉਂਕਿ ਉਹਨਾਂ ਦੇ ਭਰਾ ਸਰਦਾਰ ਬਖਸ਼ੀਰ ਸਿੰਘ ਜੋੜਾ ਦੇ ਉੱਪਰ ਇੱਕ ਕੇਸ ਬਣਿਆ ਸੀ ਤੇ ਉਸ ਕੇਸ ਦੇ ਮਾਮਲੇ ਦੇ ਵਿੱਚ ਕਿਉਂਕਿ ਉਹਨਾਂ ਦੇ ਉੱਪਰ ਨੈਸ਼ਨਲ ਸਕਿਉਰਿਟੀ ਐਕਟ ਲਗਾਇਆ ਗਿਆ ਸੀ ਤੇ ਉਸ ਕੇਸ ਦੇ ਮਾਮਲੇ ਦੇ ਵਿੱਚ ਉਹ ਦੱਸਦੇ ਨੇ ਕਿ ਮੈਂ ਅਕਸਰ ਸੰਤ ਜਨਮ ਸਿੰਘ ਨੂੰ ਮਿਲ ਜਾਇਆ ਕਰਦਾ ਸੀ ਜਿਸ ਕਰਕੇ ਉਹਨਾਂ ਦੀ شناخت ਤੇ ਉਹਨਾਂ ਦੀ ਪਛਾਣ ਦੇ ਵਿੱਚ ਮੈਨੂੰ ਕੋਈ ਦਿੱਕਤ ਨਾ ਆਈ ਕਿ ਜਿਸ ਮ੍ਰਿਤਕ ਦੇ ਦਾ ਪੋਸਟਮਾਰਟਮ ਹੋਣ ਲੱਗਾ ਹੈ ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦਾ ਹੀ ਸਰੀਰ ਸੀ ਸੋ ਇਸ ਪੋਸਟਮਾਰਟਮ ਦੇ ਜਿਹੜੀਆਂ ਕੁ ਟਿੱਪਣੀਆਂ ਨੇ ਉਹ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਨੇ ਪਹਿਲੀ ਗੱਲ ਤੇ ਹੈ ਕਿ ਮ੍ਰਿਤਕ ਦੇ ਕਿੱਥੋਂ ਲਿਆਂਦੀ ਗਈ ਤੇ ਇੱਚ ਦਰਜ ਹੈ ਮੁਰਦਾ ਘਰ ਅੰਮ੍ਰਿਤਸਰ ਤੋਂ ਉਸ ਦੇ ਦੌਰਾਨ ਲਿਖਿਆ ਕਿ ਮ੍ਰਿਤਕ ਦੇ ਜਿਹੜੇ ਮੌਤ ਦੇ ਬਾਰੇ ਕਮੈਂਟ ਨੇ ਉਹਦੇ ਵਿੱਚ ਲਿਖਿਆ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ੀਲਾ ਪਦਾਰਥ ਨਹੀਂ ਰਸਾਇਣ ਖੋਜ ਕਰਤਾ ਦੀ ਰਿਪੋਰਟ ਜਾਂ ਕਿਸੇ ਰਸਾਇਣ ਦਾ ਮਿਲਣਾ ਨਹੀਂ ਲਿਖਿਆ ਮੌਤ ਦਾ ਕਾਰਨ ਜਿਹੜਾ ਉਹ ਲਿਖਿਆ ਹੈ ਜਿਹਨੂੰ ਕਾਜ਼ ਆਫ ਡੈਥ ਮੌਤ ਅਗਨ ਸ਼ਸਤਰਾਂ ਦੁਆਰਾ ਲਾਏ ਲੱਗੇ ਗੰਭੀਰ ਜ਼ਖਮਾਂ ਦਾ ਸਿੱਟਾ ਹੈ ਸੋ ਇਹ ਜਿਹੜੇ ਅਗਨ ਸ਼ਸਤਰ ਹੈ ਇਹਦੇ ਬਾਰੇ ਤਾਂ ਸੀ ਸਾਰੇ ਬੜੇ ਸਪਸ਼ਟ ਹੈ ਕਿ ਉਸ ਮੈਦਾਨੇ ਜੰਗ ਦੇ ਵਿੱਚ ਜੂਸਦਿਆਂ ਹੀ ਸੰਤ ਜਰਨੈਲ ਸਿੰਘ ਹੁਣਾਂ ਨੂੰ ਫੌਜ ਦੀਆਂ ਜਿਹੜੀਆਂ ਗੋਲੀਆਂ ਉਹ ਲੱਗੀਆਂ ਹੁਣਗੀਆਂ ਫੌਜ ਦੀਆਂ ਗੋਲੀਆਂ ਕਿੱਥੇ ਕਿੱਥੇ ਲੱਗੀਆਂ ਔਰ ਕਿੱਥੇ ਕਿੱਥੇ ਜਗਮ ਸੀ ਜ਼ਖਮਾਂ ਦੀ ਕਿਸਮ ਕਿਵੇਂ ਦੀ ਸੀ ਉਦੇ ਤੋਂ ਹੋਰ ਵੀ ਕੁਝ ਗੱਲਾਂ ਜਿਹੜੀਆਂ ਨੇ ਉਹ ਸਪਸ਼ਟ ਹੋ ਜਾਂਦੀਆਂ ਨੇ ਸੰਤਾਂ ਦੀ شناخت ਦੇ ਬਾਰੇ ਜਿਹੜਾ ਉਹਨਾਂ ਦਾ ਕਹਿ ਸਕਦੇ ਹੋ ਕਿ ਉਹਨਾਂ ਦੀ ਸਰੀਰ ਦਾ ਜਿਹੜਾ ਢਾਂਚਾ ਹੈ ਜਿਹੜਾ ਉਹ ਲਿਖਣਾ ਹੁੰਦਾ ਉਸ ਕਾਲਮ ਦੇ ਵਿੱਚ ਲਿਖਿਆ ਹੋਇਆ ਹੈ ਕਿ ਕੱਦ ਕਰੀਬ 6 ਫੁੱਟ ਸਰੀਰ ਉੱਪਰ ਲੱਗੇ ਸੱਟਾਂ ਦੇ ਨਿਸ਼ਾਨ ਅਤੇ ਸਰੀਰ ਦੀ ਹਾਲਤ ਇੱਕ ਮੱਧ ਵਰਗ ਉਮਰ ਦੇ ਵਿਅਕਤੀ ਦੀ Laash ਜਿਸ ਦੀ ਸਰੀਰਕ ਬਣਤਰ ਵਧੀਆ ਸਰੀਰ ਤੇ ਕੱਚਾ ਪਾਇਆ ਹੋਇਆ ਹੈ ਚੂਲਾ ਅਤੇ ਫਤੂਹੀ ਪੈਣੀ ਹੋਈ ਹੈ ਸਾਰੇ ਹੀ ਕੱਪੜੇ ਪੂਰੀ ਤਰ੍ਹਾਂ ਨਾਲ ਖੂਨ ਨਾਲ ਲਥਪਥ ਹਨ ਬਾਹਾਂ ਵਿੱਚ ਹਰ ਇੱਕ ਵਿੱਚ ਇੱਕ ਇੱਕ ਚਿੱਟੀ ਧਾਤ ਦਾ ਕੜਾ ਪਾਇਆ ਹੋਇਆ ਹੈ ਹੇਠਲੀਆਂ ਲੱਤਾਂ ਦੇ ਹਿੱਸੇ ਆਕੜ ਚੁੱਕੇ ਹਨ ਦੋਵੇਂ ਅੱਖਾਂ ਬੰਦ ਹਨ ਖੱਬੀ ਅੱਖ ਦੀ ਪੁਤਲੀ ਫੈਲੀ ਹੋਈ ਹੈ ਤੇ ਅੱਖ ਉੱਪਰ ਜ਼ਖਮ ਦਾ ਨਿਸ਼ਾਨ ਹੈ ਸੋ ਇਹ ਜਿਹੜੀ ਬਾਹਰੀ ਤਖ ਡਾਕਟਰਾਂ ਨੇ ਆਪਣੀ ਰਿਪੋਰਟ ਦੇ ਵਿੱਚ ਲਿਖੀ ਹੈ ਕਿਉਂਕਿ ਇਹ ਜਿਹੜਾ ਪੋਸਟਮਾਰਟਮ ਇਹ ਡਾਕਟਰ ਕੰਗ ਦੀ ਅਗਵਾਈ ਦੇ ਵਿੱਚ ਡਾਕਟਰ ਦਵਿੰਦਰ ਸ਼ਰਮਾ ਦੇ ਵੱਲੋਂ ਕੀਤਾ ਗਿਆ ਸੀ ਔਰ ਇਹਦੀ ਪੋਸਟਮਾਰਟਮ ਦੀ ਰਿਪੋਰਟ ਦੇ ਮੁਤਾਬਕ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਜਿਹੜੀਆਂ ਗੋਲੀਆਂ ਲੱਗੀਆਂ ਨੇ ਉਹਨਾਂ ਦੀ ਜਿਹੜੀ ਤਫਸੀਲ ਹੈ ਉਹ ਇਸ ਤਰ੍ਹਾਂ ਹੈ ਉਹ ਲਿਖਦੇ ਨੇ ਕਿ ਪੂਰਾ ਜਿਸਮ ਖੂਨ ਨਾਲ ਲੱਤਪਤ ਹੈ ਇੱਕ ਪਾੜੇਦਾਰ ਜ਼ਖਮ ਜਿਹੜਾ 2 ਤੋਂ 3 ਸੈਂਟੀਮੀਟਰ ਦਾ ਹੈ ਜਿਸ ਦੇ ਮਾਸ ਦੇ ਕੰਡੇ ਅੰਦਰ ਨੂੰ ਤਸੇ ਹੋਏ ਹਨ ਇਹ ਮੈਂ ਇਸ ਦਾ ਪੰਜਾਬੀ ਅਨਵਾਦ ਕਰਕੇ ਦੱਸ ਰਿਹਾ ਹਾਂ ਇਹ ਦਾ ਭਾਵ ਤੁਸੀਂ ਜਦੋਂ ਮੈਂ ਕਹਿ ਰਿਹਾ ਕਿ ਮਾਸ ਦੇ ਕੰਡੇ ਅੰਦਰ ਨੂੰ ਮੁੜੇ ਹੋਏ ਨੇ ਤੇ ਇਹਨੂੰ ਇਨਵਰਟਡ ਇੰਜਰੀ ਕਿਹਾ ਜਾਂਦਾ ਕਿ ਜਿਹੜੇ ਕੰਡੇ ਅੰਦਰ ਨੂੰ ਉਸ ਪਾਸੇੋਂ ਮੁੜਦੇ ਨੇ ਜਿਸ ਪਾਸੇ ਤੋਂ ਗੋਲੀਆਂ ਜਿਹੜੀਆਂ ਨੇ ਉੱਪਰ ਲੱਗੀਆਂ ਹੁੰਦੀਆਂ ਨੇ ਸੋ ਇੱਕ ਹੋਰ 파ੜੇਦਾਰ ਜ਼ਖਮ ਜਿਹੜਾ 5 ਸੈਂਟੀਮੀਟਰ ਦੇ ਕਰੀਬ ਹੈ ਉਹਦੇ ਵੀ ਮਾਸ ਤੇ ਕੰਡੇ ਅੰਦਰ ਨੂੰ ਮੁੜੇ ਹੋਏ ਹਨ ਚਿਹਰੇ ਦੇ ਉੱਪਰ ਨੱਕ ਅਤੇ ਕੰਨ ਦੇ ਵਿਚਕਾਰ ਅੱਖ ਦੇ ਥੱਲੇ ਹੈ ਜਿਹੜੇ ਬਾਕੀ ਜ਼ਖਮ ਨੇ ਸਾਰਿਆਂ ਦੀਆਂ ਕਿਸਮਾਂ ਇਹੀ ਨੇ ਜਿਨ੍ਹਾਂ ਨੂੰ ਅਸੀਂ ਇਨਵਰਟਡ ਮਾਰਜਨ ਬਾਉਂਡ ਕਹਿੰਦੇ ਆ ਕਿ ਕੰਡੇ ਜਿਹੜੇ ਨੇ ਉਹ ਅੰਦਰ ਨੂੰ ਮੁੜੇ ਹੋਏ ਨੇ ਉਹਨਾਂ ਦੇ ਬਾਰੇ ਵੀ ਹੈ ਕਿ ਚਾਰ ਸਾਹਮਣੇ ਪਾਸੇ ਸੱਜੇ ਪਾਸੇ ਮੱਥੇ ਉੱਪਰ ਸਿਰ ਵਿੱਚ ਇੱਕ ਸਾਹਮਣੇ ਛਾਤੀ ਦੇ ਵਿੱਚ ਇੱਕ ਖੱਬੇ ਪਾਸੇ ਵੱਲ ਚਾਰ ਪੈਰਾਂ ਦੇ ਸਾਹਮਣੇ ਪਿੰਨੀਆਂ ਤੋਂ ਹੀਠਾਂ ਬਿਲਕੁਲ ਨੇੜੇ ਇੱਕ ਬਾਹਾਂ ਦੇ ਸੱਜੇ ਪਾਸੇ ਤੇ ਇੱਕ ਤਿਰਛੇ ਪੱਖ ਤੋਂ ਪਿੱਠ ਦੇ ਵਿੱਚ ਸੋ ਟੋਟਲ ਜਿਹੜੀਆਂ ਉਹਨਾਂ ਦੇ ਸਰੀਰ ਦੇ ਉੱਪਰ ਕੁੱਲ ਗੋਲੀਆਂ ਲੱਗੀਆਂ ਉਹਨਾਂ ਦੀ ਜਿਹੜੀ ਗਿਣਤੀ ਹੈ ਉਹ 13 ਬਣਦੀ ਹੈ ਔਰ ਜਿੰਨੀਆਂ ਵੀ ਗੋਲੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਬਾਹਾਂ ਵਾਲੀ ਤੇ ਇੱਕ ਪਿੱਠ ਵਾਲੀ ਜਿਹੜੀ ਉਹ ਤਿਰਛੇ ਪਾਸੇ ਤੋਂ ਹੈ ਬਾਕੀ ਜਿਹੜੀਆਂ ਨੇ ਉਹ ਸਾਰੀਆਂ ਤਕਰੀਬਨ ਸਾਹਮਣੇ ਉਹਨਾਂ ਦੇ ਚਿਹਰੇ ਦੇ ਉੱਪਰ ਉਹਨਾਂ ਦੀ ਛਾਤੀ ਦੇ ਵਿੱਚ ਉਹਨਾਂ ਦੇ ਪੈਰਾਂ ਦੀਆਂ ਪਿੰਨੀਆਂ ਦੇ ਉੱਪਰ ਨੇ ਪੈਰਾਂ ਦੀਆਂ ਪਿੰਨੀਆਂ ਦੇ ਜਿਹੜੀਆਂ ਥੇਠਾਂ ਗੋਲੀਆਂ ਨੇ ਉਹ ਗਿੱਟੇ ਦੇ ਜੋੜਾਂ ਦੇ ਹੋਣ ਕਰਕੇ ਇਹ ਗੱਲ ਬਿਲਕੁਲ ਠੀਕ ਹੈ ਕਿ ਜਿਹੜੀ ਗੱਲ ਗੁਲਜ਼ਾਰ ਸਿੰਘ ਜੋੜਾ ਨੇ ਆਪਣੀ ਇੰਟਰਵਿਊ ਦੇ ਵਿੱਚ ਵੀ ਲਿਖਵਾਈ ਸੀ ਕਿ ਉਹਨਾਂ ਦੀ ਜਿਹੜੀ ਲੱਤ ਹੈ ਥੋ ਲਮਕ ਚੁੱਕੀ ਸੀ ਕੁਦਰਤ ਨੇ ਕਿ ਗਿੱਟੇ ਦੇ ਕੋਲ ਜਿਹੜੇ ਜੋੜ ਹੁੰਦੇ ਨੇ ਪੈਰ ਦੇ ਜਦੋਂ ਉਹਨਾਂ ਦੇ ਨੇੜੇ-ਨੇੜੇ ਚਾਰ ਗੋਲੀਆਂ ਲੱਗੀਆਂ ਨੇ ਤਾਂ ਕੁਦਰਤ ਹੀ ਜਿਹੜੀ ਆ ਉਹ ਲੱਤ ਜਿਹੜੀ ਆ ਉਹ ਲਮਕ ਜਾਵੇਗੀ ਭਾਵੇਂ ਪੈਰ ਜਿਹੜਾ ਉਹ ਲੰਮਕਿਆ ਹੋਵੇਗਾ ਜਿਹੜੀ ਇਹਨਾਂ ਸਾਰੇ ਹੀ ਜ਼ਖਮਾਂ ਦੀ ਕਿਸਮ ਹੈ ਪੋਸਟਮਾਰਟਮ ਰਿਪੋਰਟ ਦੇ ਵਿੱਚ ਲੈਸੀ ਰਿਟੇਡ ਇਨਵਰਟਡ ਮਾਰਜਨ ਹੀ ਲਿਖੀ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਜਿੰਨੇ ਵੀ ਜ਼ਖਮ ਨੇ ਇਹ ਤਾਂ ਤੋਂ ਇਹ ਜਾ ਰਿਹਾ ਕਿ ਸੰਤਾਂ ਦੇ ਸਰੀਰ ਜਿਹੜੇ ਨੇ ਉਹਨਾਂ ਨੇ ਜਿੰਨੀਆਂ ਗੋਲੀਆਂ ਲੱਗੀਆਂ ਨੇ ਉਹ ਸਾਹਮਣੇ ਪਾਸੇ ਤੋਂ ਲੱਗੀਆਂ ਨੇ ਭਾਵ ਕਿ ਮੈਦਾਨੇ ਜੰਗ ਦੇ ਵਿੱਚ ਸਾਹਮਣੇ ਪਾਸੇ ਤੋਂ ਜੂਸਦਿਆਂ ਹੋਇਆਂ ਗੋਲੀਆਂ ਲੱਗੀਆਂ ਤੇ ਉਹਨਾਂ ਦੀ ਸ਼ਹਾਦਤ ਹੋਈ ਅ ਦੂਜੀ ਗੱਲ ਇਹ ਹੈ ਕਿ ਜਿਹੜੀਆਂ ਗੋਲੀਆਂ ਉਹ ਨੇੜੇ ਤੋਂ ਨਹੀਂ ਲੱਗੀਆਂ ਕਿਉਂਕਿ ਬਹੁਤ ਸਾਰੀਆਂ ਗੋਲੀਆਂ ਬੇਸ਼ੱਕ ਹੋ ਸਕਦਾ ਹੈ ਕਿ ਸਰਕਾਰ ਨੇ ਸੰਭਾਲੀਆਂ ਹੋਣਗੀਆਂ ਪਰ ਉਹਨਾਂ ਗੋਲੀਆਂ ਜਿਹੜੀਆਂ ਨੇ ਉਹਨਾਂ ਦੇ ਆਰ ਪਾਰ ਹੋਣ ਦਾ ਜਿਕਰ ਰਿਪੋਰਟ ਦੇ ਵਿੱਚ ਨਹੀਂ ਮਿਲਦਾ ਸਿਰਫ ਇੰਨਾ ਮਿਲਦਾ ਕਿ ਕੋਨਿਕਲ ਐਡ ਸੀ ਘਾਤਕ ਹਥਿਆਰ ਦੀਆਂ ਗੋਲੀਆਂ ਤੇ ਇਹ ਵੀ ਪਤਾ ਲੱਗਦਾ ਕਿ ਉਹ ਗੋਲੀਆਂ ਦੂਰੋਂ ਲੱਗੀਆਂ ਭਾਵ ਕਿ ਕਿਸੇ ਵੀ ਦੁਸ਼ਮਣ ਨੇ ਸੰਤਾਂ ਦੇ ਨੇੜੇ ਆਉਣ ਦੀ ਕੋਸ਼ਿਸ਼ ਨਹੀਂ ਕੀਤੀ ਘਾਤਕ ਹਥਿਆਰ ਦੀਆਂ ਗੋਲੀਆਂ ਸੀ ਦੂਰ ਦੀ ਮਾਰ ਵਾਲੇ ਹਥਿਆਰ ਦੀਆਂ ਗੋਲੀਆਂ ਸੀ ਦੂਰ ਤੋਂ ਲੱਗੀਆਂ ਸੀ ਔਰ ਗੋਲੀਆਂ ਦੇ ਬਾਰੇ ਉਹਨਾਂ ਇੰਨਾ ਹੀ ਲਿਖਿਆ ਕਿ ਜਿਹੜੇ ਕੋਨਿਕਲ ਹੈਡ ਨੇ ਨੁਕੀਲੇ ਸਿਰੇ ਵਾਲੀਆਂ ਜਿਹੜੀਆਂ ਗੋਲੀਆਂ ਉਹਨਾਂ ਦੀ ਕਿਸੇ ਮਾਰੂ ਅਤੇ ਦੂਰ ਦੀ ਮਾਰ ਵਾਲੇ ਹਥਿਆਰ ਹੋਣ ਕਰਕੇ ਹੀ ਇਹ ਜਿਹੜੇ ਜ਼ਖਮ ਬਣਦੇ ਨੇ ਸੋ ਰਿਪੋਰਟ ਦੇ ਮੁਤਾਬਕ ਜਿਹੜੀਆਂ ਗੋਲੀਆਂ ਸੀ ਉਹ ਦੂਰ ਤੋਂ ਲੱਗੀਆਂ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਅਹਿਮ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਸੀ ਉਹ ਇਹ ਗੱਲ ਹੈ ਕਿ ਕੁਝ ਸਮਾਂ ਬਾਅਦ ਇਹ ਵੀ ਗੱਲ ਆਈ ਸੀ ਅਖਬਾਰਾਂ ਦੇ ਵਿੱਚ ਕਿ ਸ਼ਾਇਦ ਸнт ਜਰਨੈਲ ਸਿੰਘ ਨੂੰ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਫੌਜ ਦੇ ਵੱਲੋਂ ਫੜ ਲਿਆ ਗਿਆ ਤੇ ਬਾਅਦ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਇਸ ਪੋਸਟਮਾਰਟਮ ਰਿਪੋਰਟ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸੰਤਾ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਗ੍ਰਿਫਤਾਰ ਨਹੀਂ ਕੀਤਾ ਗਿਆ ਬਲਕਿ ਉਹਨਾਂ ਨੇ ਦੁਸ਼ਮਣ ਦੇ ਨਾਲ ਖੇੜੇ ਮੱਥੇ ਜੂਸਦੇ ਹੋਏ ਜਿਹੜੀ ਸ਼ਹਾਦਤ ਸੀ ਉਹ ਪ੍ਰਾਪਤ ਕੀਤੀ ਕਿਉਂਕਿ ਜੇਕਰ ਉਹਨਾਂ ਨੂੰ ਗੰਭੀਰ ਹਾਲਤ ਦੇ ਵਿੱਚ ਗ੍ਰਿਫਤਾਰ ਕਰ ਲਿਆ ਹੁੰਦਾ ਉਹਨਾਂ ਨੂੰ ਬਚਾਉਣਾ ਸਰਕਾਰ ਦੀ ਪਹਿਲ ਹੋਣੀ ਸੀ ਕਿਉਂਕਿ ਇਹਦੇ ਵਿੱਚ ਉਹਨਾਂ ਦੀ ਜਿੱਤ ਹੋਣੀ ਸੀ ਤੇ ਸ਼ਹਾਦਤ ਦੇ ਵਿੱਚ ਸਰਕਾਰ ਦੀ ਹਾਰ ਔਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਵਾਲੀ ਧਿਰ ਦੀ ਜਿੱਤ ਹੈ ਦੂਜੀ ਗੱਲ ਹੈ ਕਿ ਜੇਕਰ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਫੜਨ ਤੋਂ ਉਪਰੰਤ ਗੋਲੀਆਂ ਮਾਰੀਆਂ ਹੁੰਦੀਆਂ ਤਾਂ ਜਿਹੜੀਆਂ ਗੋਲੀਆਂ ਨੇੜੇ ਤੋਂ ਚਲਾਈਆਂ ਜਾਂਦੀਆਂ ਨੇ ਉਹਨਾਂ ਦੀ ਜਿਹੜੀ ਬਰੰਟ ਇੰਜਰੀ ਹੁੰਦੀ ਹੈ ਕਿ ਚਮੜੀ ਦਾ ਆਲਾ ਦਵਾਲਾ ਜਿੱਥੇ ਗੋਲੀ ਲੱਗਦੀ ਹੈ ਨੇੜੇ ਤੋਂ ਵੱਜੀ ਗੋਲੀ ਗਰਮ ਹੋਣ ਕਰਕੇ ਉਹ ਪਾਸਾ ਜਿਹੜਾ ਉਹ ਸੜਦਾ ਜ਼ਰੂਰ ਹੈ ਜੁਨਸੀ ਮੈਡੀਕਲ ਟਰਮ ਦੇ ਵਿੱਚ ਬਰਨਟ ਇੰਜਰੀ ਕਹਿ ਦਿੰਦੇ ਆ ਕਿ ਜਿਹੜੀ ਬੁਲਟ ਤੇ ਨਾਲ ਹੁੰਦੀ ਹੈ ਸੋ ਇਸ ਕਰਕੇ ਉਹਨਾਂ ਦੇ ਸਰੀਰ ਦੇ ਉੱਪਰ ਜਿੰਨੀਆਂ ਵੀ ਗੋਲੀਆਂ ਲੱਗੀਆਂ ਨੇ ਉਹਨਾਂ ਦੇ ਮੁਤਾਬਕ ਉਹ ਸਾਰੀਆਂ ਦੂਰ ਤੋਂ ਲੱਗੀਆਂ ਨੇ ਔਰ بڑے ਘਾਤਕ ਤੇ ਮਾਰੂ ਹਥਿਆਰ ਦੀਆਂ ਲੱਗੀਆਂ ਨੇ ਸਰੀਰ ਦੇ ਸਾਹਮਣੇ ਪਾਸੇ ਲੱਗੀਆਂ ਨੇ ਜਿਸ ਤੋਂ ਪਤਾ ਲੱਗਦਾ ਕਿ ਉਹਨਾਂ ਨੇ ਮੈਦਾਨੇ ਜੰਗ ਦੇ ਵਿੱਚ ਸਾਹਮਣੇ ਮੱਥੇ ਜੂਸਦਿਆਂ ਜਿਹੜੀ ਉਹ ਸ਼ਹਾਦਤ ਪ੍ਰਾਪਤ ਕੀਤੀ ਉਸ ਤੋਂ ਬਾਅਦ ਆ ਜਾਂਦੀ ਹੈ ਕਿ ਉਹਨਾਂ ਦੀਆਂ ਅੰਤਮ ਰਸਮਾਂ ਦੀ ਤੇ ਅੰਤਮ ਰਸਮਾਂ ਦੇ ਬਾਰੇ ਸਭ ਤੋਂ ਪਹਿਲਾਂ ਭਾਈ ਨਰੈਣ ਸਿੰਘ ਹੋਣਾ ਨੇ ਜਿਹੜਾ ਸੀਗਾ ਇੱਕ ਲੇਖ ਜਿਹੜਾ ਸੀ ਉਹ ਪਬਲਿਸ਼ ਕੀਤਾ ਸੀ ਔਰ ਉਸ ਤੋਂ ਪਹਿਲਾਂ ਉਹਨਾਂ ਨੇ ਆਪਣੇ ਇੱਕ ਲੈਕਚਰ ਦੇ ਵਿੱਚ ਵੀ ਉਹ ਸੈਮੀਨਾਰ ਦੇ ਵਿੱਚ ਮੈਂ ਵੀ ਮੌਜੂਦ ਸੀ ਇਸ ਘਟਨਾ ਕਰਮ ਦਾ ਸਾਰਾ ਜਿਹੜਾ ਉਹ ਜ਼ਿਕਰ ਕੀਤਾ ਸੀ ਤੇ ਉਸ ਦੇ ਵਿੱਚ ਉਹ ਲਿਖਦੇ ਨੇ ਕਿ ਕਾਰਸਿਵਾ ਵਾਲੇ ਬਾਬਾ ਬੁੱਧ ਸਿੰਘ ਜਿਹੜੇ ਸੀ ਉਹਨਾਂ ਨੇ ਉਹਨਾਂ ਨੂੰ ਦੱਸਿਆ ਕਿ ਤਕਰੀਬਨ ਰਾਤ ਦੇ 10 ਵਜੇ ਇੱਕ ਗੱਡੀ ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਤੇ ਭਾਈ ਅਮਰੀਕ ਸਿੰਘ ਦੀਆਂ ਜਿਹੜੀਆਂ ਸੀਗੀਆਂ ਉਹ ਮਰਤਕ ਦੇ ਹਾਂ ਜਿਹੜੀਆਂ ਉਹ ਲਿਆਂਦੀਆਂ ਗਈਆਂ ਜਿਹੜਾ ਗੁਰਦੁਆਰਾ ਸ਼ਹੀਦਾਂ ਦੇ ਨੇੜੇ ਸ਼ਮਸ਼ਾਨ ਘਾਟ ਹੈ ਤੇ ਉਹ ਕਹਿੰਦੇ ਨੇ ਕਿ ਮੈਂ بڑے ਪਾਟੇ ਜੇ ਕੱਪੜੇ ਪਾ ਕੇ ਉਸ ਸ਼ਮਸ਼ਾਨ ਘਾਟ ਦੇ ਵਿੱਚ ਮੌਜੂਦ ਸੀ ਤੇ ਉਸ ਵੇਲੇ ਸ਼ਮਸ਼ਾਨ ਘਾਟ ਦੇ ਵਿੱਚ ਦੋ ਮੁਲਾਜ਼ਮ ਮੌਜੂਦ ਸਨ ਗੰਗਾ ਰਾਮ ਅਤੇ ਬਾਉ ਰਾਮ ਇਨ੍ਹਾਂ ਦੋਹਾਂ ਨਹੀਂ ਇਨ੍ਹਾਂ ਦੋਹਾਂ ਦੇਹਾਂ ਦਾ ਜਿਹੜਾ ਸੀਗਾ ਰਸਮੀ ਜਾਂ ਇਸ਼ਨਾਨ ਵੀ ਕਰਾਇਆ ਤੇ ਉਸ ਤੋਂ ਬਾਅਦ ਗੁਰਦੁਆਰਾ ਸ਼ਹੀਦਾਂ ਤੋਂ ਭਾਈ ਮਨਜੀਤ ਸਿੰਘ ਗ੍ਰੰਥੀ ਨੂੰ ਮੰਗਵਾਇਆ ਗਿਆ ਤੇ ਉਹਨਾਂ ਦੇ ਕੋਲੋਂ ਅਰਦਾਸ ਜਿਹੜੀ ਕਰਵਾਈ ਗਈ ਉਹ ਪ੍ਰਾਪਰ ਜਿਹੜੀਆਂ ਸਿੱਖ ਰੌ ਰੀਤਾਂ ਨੇ ਉਹਦੇ ਮੁਤਾਬਕ ਨਹੀਂ ਕਰਵਾਈ ਗਈ ਬਲਕਿ ਕਹਿ ਸਕਦੇ ਹੋ ਕਿ ਚਿਖਾ ਚ ਚਿੜਨ ਤੋਂ ਬਾਅਦ ਦੀ ਜਗ੍ਹਾ ਤੇ ਉਹਨਾਂ ਨੂੰ ਜੇ ਲਾਸ਼ਾਂ ਗੱਡੀ ਵਿੱਚ ਸੀ ਤੇ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਗਿਆ ਕਿ ਜਿੱਥੇ ਲੱਕੜੀਆਂ ਰੱਖੀਆਂ ਨੇ ਉੱਥੇ ਜਿਹੜੀ ਅਰਦਾਸ ਆ ਉਹ ਕਰ ਦਿੱਤੀ ਜਾਵੇ ਇਹ ਉਹਨਾਂ ਦੇ ਪ੍ਰਤੱਖ ਦਰਸ਼ੀ ਗਵਾਹ ਦੇ ਅਨੁਸਾਰ ਹੈ ਸੋ ਗੰਗਾ ਰਾਮ ਤੇ ਬਾਉ ਰਾਮ ਦੇ ਬਿਆਨ ਜਿਹੜੇ ਉਸਲੇ ਸ਼ਮਸ਼ਾਨ ਘਾਟ ਦੇ ਵਿੱਚ ਮੁਰਦਿਆਂ ਨੂੰ ਸਾੜਨ ਦਾ ਕੰਮ ਕਰਦੇ ਨੇ ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਫੌਜ ਨੇ ਕਿਹਾ ਕਿ ਤੇਲ ਪਾ ਕੇ ਹੀ ਇਹਨਾਂ ਲਾਸ਼ਾਂ ਦਾ ਛੇਤੀ ਤੋਂ ਛੇਤੀ ਦਾ ਸੰਸਕਾਰ ਕਰ ਦਿੱਤਾ ਜਾਵੇ ਪਰ ਕਹਿੰਦੇ ਕਿ ਅਸੀਂ ਕਿਹਾ ਕਿ ਅਸੀਂ ਇਸ ਸ਼ਮਸ਼ਾਨ ਘਾਟ ਦੇ ਵਿੱਚ ਬਹੁਤ ਦੇਰ ਤੋਂ ਮੁਲਾਜ਼ਮਤ ਕਰਦੇ ਆ ਰਹੇ ਆ ਤੇ ਕਿਸੇ ਵੈਰੀ ਦੁਸ਼ਮਣ ਦੀ লাশ ਦੇ ਨਾਲ ਵੀ ਇੰਜ ਤਰ੍ਹਾਂ ਦਾ ਵਰਤਾਜ ਜਿਹੜਾ ਉਹ ਨਹੀਂ ਕੀਤਾ ਜਾਂਦਾ ਪੂਰੀ ਮਰਿਆਦਾ ਦੇ ਅਨੁਸਾਰ ਬਾਲਣ ਤੇ ਕਫਨ ਪਾ ਕੇ ਹੀ ਸੰਸਕਾਰ ਜਿਹੜਾ ਉਹ ਕੀਤਾ ਜਾਂਦਾ ਫਿਰ ਕਹਿੰਦੇ ਕਿ ਉਸ ਵੇਲੇ ਡੀਐਸਪੀ ਅਪਾਰ ਸਿੰਘ ਬਾਜਵਾ ਨੇ ਸੰਤਾਂ ਦਾ ਸੰਸਕਾਰ ਜਿਹੜਾ ਮਰਿਆਦਾ ਅਨੁਸਾਰ ਕਰਨ ਦੇ ਵਾਸਤੇ ਜਿਹੜਾ ਸੀਗਾ ਉਹ ਜ਼ੋਰ ਦਿੱਤਾ ਤੇ ਮੌਕੇ ਦੇ ਉੱਪਰ ਮੌਜੂਦ ਐਸਪੀ ਸਿਟੀ ਸੀਤਲ ਦਾਸ ਨੇ ਵੀ ਕਿਹਾ ਕਿ ਜੇਕਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿਹੜੇ ਸਿੱਖਾਂ ਦੇ ਵਿੱਚ ਇੱਕ ਧਾਰਮਿਕ ਆਗੂ ਹੋਣ ਦੀ ਐਸੀ ਤਰੱਕਦੇ ਨੇ ਜੇਕਰ ਕੱਲ ਨੂੰ ਉਹਨਾਂ ਦੀਆਂ ਅੰਤਮ ਸੰਸਕਾਰ ਦੀਆਂ ਜਿਹੜੀਆਂ ਨੇ ਰਸਮਾਂ ਦੇ ਬਾਰੇ ਕੋਈ ਗੱਲ ਸਾਹਮਣੇ ਆਈ ਕਿ ਉਹਨਾਂ ਦਾ ਜਿਹੜਾ ਅੰਤਮ ਸੰਸਕਾਰ ਹੈ ਉਹ ਸਿੱਖ ਭਰਾਯਾਦਾ ਦੇ ਅਨੁਸਾਰ ਨਹੀਂ ਕੀਤਾ ਗਿਆ ਤਾਂ ਇਹ ਸਾਡੇ ਵਾਸਤੇ ਸਮੱਸਿਆ ਖੜੀ ਕਰ ਦੇਵੇਗਾ ਉਹਨਾਂ ਨੇ ਇਹ ਵੀ ਗੱਲ ਲਿਖੀ ਹੈ ਕਿ ਸਾਡੇ ਖਿਲਾਫ ਵਿਭਾਗੀ ਕਾਰਵਾਈ ਵੀ ਹੋ ਸਕਦੀ ਹੈ। ਸੋ ਉਸ ਸਮੇਂ ਫਿਰ ਪੁਲਿਸ ਨੇ ਪੁਲਿਸ ਇੰਸਪੈਕਟਰ ਸਰਿੰਦਰਪਾਲ ਸਿੰਘ ਐਸ ਐਚ ਓ ਥਾਣਾ ਬੀ ਡਿਵੀਜ਼ਨ ਤੇ ਇੰਸਪੈਕਟਰ ਨਿਰਮਲ ਸਿੰਘ ਵੀ ਮੌਜੂਦ ਸਨ ਤੇ ਉਹਨਾਂ ਨੂੰ ਕਹਿ ਕੇ ਉਹਨਾਂ ਨੇ ਫਿਰ ਬਾਜ਼ਾਰ ਦੇ ਵਿੱਚ ਭੇਜਿਆ ਕਰਫਿਊ ਦੇ ਕਰਕੇ ਦੁਕਾਨਾਂ ਬੰਦ ਸਨ। ਇੱਕ ਭਾਈ ਅਵਤਾਰ ਸਿੰਘ ਦੀ ਕਰਿਆਨੇ ਵਾਲੀ ਜਿਹੜੀ ਦੁਕਾਨ ਸੀ ਉੱਥੋਂ ਘਿਓ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਜਿਹੜੀਆਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਤੇ ਭਾਈ ਅਮਰੀਕ ਸਿੰਘ ਦੀਆਂ ਦੇਹਾਂ ਜਿਹੜੀਆਂ ਸੀਗੀਆਂ ਉਹ ਵੱਖ-ਵੱਖ ਚਿਖਾ ਦੇ ਵਿੱਚ ਚਿਨੀਆਂ ਗਈਆਂ ਸੰਤਾਂ ਦੀ ਚਿਖਾ ਨੂੰ ਗੰਗਾ ਰਾਮ ਨੇ ਅਗਨੀ ਵਿਖਾਈ ਤੇ ਜਿਹੜੇ ਦੂਸਰੇ ਭਾਈ ਅਮਰੀਕ ਸਿੰਘ ਸੀ ਬਾਉਰਾਮ ਨੇ ਉਹਨਾਂ ਦੀ ਜਿਹੜੀ ਚਿਖਾ ਨੂੰ ਜਿਹੜੀ ਸੀ ਉਹ ਅਗਨੀ ਦਿੱਤੀ ਤੇ ਉਸ ਤੋਂ ਬਾਅਦ ਬਾ ਜਿਹੜੇ ਬਾਬਾ ਬੁੱਧ ਸਿੰਘ ਕਾਰ ਸੇਵਾ ਵਾਲੇ ਨੇ ਇਹ ਵੀ ਕਹਿੰਦੇ ਨੇ ਕਿ ਸੰਤਾਂ ਦੀ ਇੱਕ ਕੇਸ ਕੀ ਜਿਹੜੀ ਸੀ ਉੱਥੇ ਪਈ ਹੋਈ ਸੀ ਜਿਸ ਨੂੰ ਮੈਂ ਲੈਣ ਦਾ ਯਤਨ ਕੀਤਾ ਪਰ ਇੱਕ ਉਸ ਵੇਲੇ ਪੀਏਪੀ ਗਾਰਡ ਦੇ ਇੰਚਾਰਜ ਨੇ ਆਪਣੇ ਕੋਲ ਲੈ ਲਈ ਜਿਹੜੀ ਮੈਨੂੰ ਬਾਅਦ ਦੇ ਵਿੱਚ ਵਾਪਸ ਨਹੀਂ ਦਿੱਤੀ ਭਾਈ ਨਰੈਣ ਸਿੰਘ ਨੇ ਇਹ ਵੀ ਹਵਾਲਾ ਦਿੱਤਾ ਹੈ ਕਿ ਉਸ ਤੋਂ ਬਾਅਦ ਪੀਏਪੀ ਦਾ ਜਿਹੜਾ ਉਹ ਗਾਰਡ ਦਾ ਜਿਹੜਾ ਸਿੱਖ ਸੀਗਾ ਉਹਦੇ ਤੋਂ ਪਤਾ ਲੱਗਾ ਕਿ ਰਮੇਸ਼ਿੰਦਰ ਸਿੰਘ ਡੀਸੀ ਦੀ ਅਗਵਾਈ ਦੇ ਵਿੱਚ ਸੰਤਾਂ ਦੀਆਂ ਜਿਹੜੇ ਹਸਤੀਆਂ ਨੇ ਉਹ ਚੋਣ ਲੀਆਂ ਗਈਆਂ ਨੇ ਤੇ 14 ਜੂਨ 1984 ਨੂੰ ਕੀਰਤਪੁਰ ਸਾਹਿਬ ਵਿਖੇ ਇਹ ਜਿਹੜੀਆਂ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ ਭਾਈ ਨਰੈਣ ਸਿੰਘ ਦੇ ਮੁਤਾਬਕ ਗੁਰਦਰਾ ਪਤਾਲਪੁਰੀ ਦੇ ਰਿਕਾਰਡ ਵਿੱਚ ਇਹ ਸਭ ਕੁਝ ਦਰਜ ਹੈ ਸੋ ਇਹ ਸੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੀ ਸ਼ਹਾਦਤ ਉਹਨਾਂ ਦਾ ਪੋਸਟਮਾਰਟਮ ਤੇ ਉਹਨਾਂ ਦੀਆਂ ਅੰਤਮ ਰਸਮਾਂ ਜਿਹੜੀਆਂ ਉਪਰ ਤੱਕ ਦਰਸ਼ੀ ਗਵਾਹਾਂ ਦੇ ਮੁਤਾਬਕ ਹੋਰ ਬਹੁਤ ਸਾਰੀਆਂ ਘਟਨਾਵਾਂ ਨੇ ਜਿਹੜੀਆਂ ਤਕਰੀਬਨ 10 11 ਜੂਨ ਤੱਕ ਵਾਪਰਦੀਆਂ ਰਹੀਆਂ ਉਹਨਾਂ ਦੇ ਬਾਰੇ ਇਸੇ ਤਰ੍ਹਾਂ ਲੜੀ ਦੇ ਵਿੱਚ ਤੁਹਾਡੇ ਨਾਲ ਵਿਚਾਰ ਸੰਜੇ ਕਰਦੇ ਰਵਾਂਗੇ ਆਜ ਤੁਸੀਂ ਇਹਨੀਆਂ ਕਬੰਤੀਆਂ ਪ੍ਰਵਾਨ ਪੱਤੇ ਦੀ ਸਾਂਝ ਪਿਆਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ